ਜਿੱਥੇ 15 ਅਗਸਤ ਨੂੰ ਸਾਰੇ ਭਾਰਤਵਾਸੀ ਆਜ਼ਾਦੀ ਦੀ ਖੁਸ਼ੀ ਵਿੱਚ ਝੂਮ ਰਹੇ ਹੁੰਦੇ ਹਨ, ਉੱਥੇ ਹੀ ਕੁਝ ਲੋਕ ਇਸ ਆਜ਼ਾਦੀ ਵਾਲੇ ਦਿਨ ਨੂੰ ਕਾਲੇ ਦਿਨ ਵਜੋਂ ਯਾਦ ਕਰਦੇ ਹਨ। ਇਸ ਦਿਨ ਸਿਰਫ ਆਜ਼ਾਦੀ ਹੀ ਨਹੀਂ ਮਿਲੀ ਸੀ, ਇਸ ਦਿਨ ਕਈ ਫੱਟ ਵੀ ਮਿਲੇ ਸੀ ਜਿਹੜੇ ਹਾਲੇ ਤੱਕ ਵੀ ਨਹੀਂ ਭਰੇ। ਕਰੀਬ 100 ਸਾਲ ਦੀ ਗੁਲਾਮੀ ਤੋਂ ਬਾਅਦ ਅਖੀਰ ਭਾਰਤ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਮਿਲੀ, ਅਤੇ ਇਸ ਦੀ ਖੁਸ਼ੀ ਵੀ ਕਿਉਂ ਨਾ ਹੋਵੇ, ਕਿਉਂਕਿ ਬਰਤਾਨਵੀ ਰਾਜ ਵਿੱਚ ਭਾਵੇਂ ਅੰਗਰੇਜ਼ਾਂ ਨੇ ਭਾਰਤ ਵਿੱਚ ਬਹੁਤ ਤਰੱਕੀ ਕੀਤੀ ਸੀ, ਪਰ ਇਸ ਤਰੱਕੀ ਦੇ ਨਾਲ ਜੋ ਜ਼ੁਲਮ ਭਾਰਤ ਵਾਸੀਆਂ 'ਤੇ ਕੀਤੇ ਸੀ, ਇਸੇ ਦਾ ਹੀ ਨਤੀਜਾ 1947 ਦੀ ਵੰਡ ਸੀ। ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ, ਪਰ ਇਸ ਵੰਡ ਨੂੰ ਵੇਖ ਕੇ ਤਾਂ ਨਹੀਂ ਲੱਗਦਾ ਕਿ ਇਹ ਭਾਰਤ ਪਾਕਿਸਤਾਨ ਦੀ ਵੰਡ ਸੀ। ਦੋਸਤੋ, ਭਾਰਤ ਦੀ ਵੰਡ ਧਰਮਾਂ ਦੇ ਆਧਾਰ 'ਤੇ ਕੀਤੀ ਗਈ ਸੀ। ਜਿਹੜੇ ਇਲਾਕਿਆਂ ਵਿੱਚ ਮੁਸਲਮਾਨ ਜ਼ਿਆਦਾ ਸੀ, ਉਹ ਇਲਾਕੇ ਪਾਕਿਸਤਾਨ ਵਿੱਚ ਜਾਣੇ ਸੀ, ਅਤੇ ਇਹ ਦੋ ਵੱਡੇ ਸਟੇਟ ਸੀ, ਪੱਛਮੀ ਬੰਗਾਲ ਅਤੇ ਪੰਜਾਬ। ਭਾਰਤ ਪਾਕਿਸਤਾਨ ਦੀ ਵੰਡ ਕਰਨ ਵਾਲੇ ਸਰ ਸਰਾਇਲ ਰੈਡਕਲਿਫ, ਜੋ ਪੇਸ਼ੇ ਵਜੋਂ ਇੱਕ ਵਕੀਲ ਸੀ, ਉਹਨਾਂ ਨੇ ਇਸ ਵੰਡ ਵਾਲੀ ਲਕੀਰ ਨੂੰ ਨਾਮ ਦਿੱਤਾ ਸੀ ਰੈਡਕਲਿਫ ਲਾਈਨ। ਦੋਸਤੋ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਸ ਰੈਡਕਲਿਫ ਨੂੰ ਭਾਰਤ ਪਾਕਿਸਤਾਨ ਦੀ ਵੰਡ ਕਰਨ ਦੀ ਜ਼ਿੰਮੇਵਾਰੀ ਲਾਈ ਸੀ, ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਦੇ ਭਾਰਤ ਆਇਆ ਹੀ ਨਹੀਂ ਸੀ। ਸਭ ਤੋਂ ਵੱਡੀ ਗਲਤੀ ਤਾਂ ਇੱਥੇ ਹੀ ਕੀਤੀ ਗਈ ਕਿ ਜਿਸ ਨੂੰ ਭਾਰਤ ਦੇ ਸੱਭਿਆਚਾਰ, ਭਾਸ਼ਾਵਾਂ, ਖੇਤਰਾਂ ਦੀ ਜਾਣਕਾਰੀ ਹੀ ਨਹੀਂ, ਉਸ ਨੂੰ ਭਾਰਤ ਪਾਕਿਸਤਾਨ ਦੀ ਵੰਡ ਕਰਨ ਦਾ ਜ਼ਿੰਮਾ ਦੇ ਦਿੱਤਾ ਗਿਆ। ਅਖੀਰ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ, ਅਤੇ ਇੱਕ ਈਸਟ ਪਾਕਿਸਤਾਨ ਅਤੇ ਵੈਸਟ ਪਾਕਿਸਤਾਨ ਦੇ ਰੂਪ ਵਿੱਚ ਇੱਕ ਨਵਾਂ ਦੇਸ਼ ਸਾਹਮਣੇ ਆਉਂਦਾ ਹੈ। ਈਸਟ ਪਾਕਿਸਤਾਨ ਉਹ ਜੋ ਬੰਗਾਲ ਵਿੱਚੋਂ ਨਿਕਲਿਆ ਸੀ, ਅਤੇ ਵੈਸਟ ਪਾਕਿਸਤਾਨ ਅੱਧੇ ਨਾਲੋਂ ਜ਼ਿਆਦਾ ਪੰਜਾਬ ਸੀ। ਹੁਣ ਜਿਹੜੇ ਮੁਸਲਿਮ ਲੋਕ ਭਾਰਤ ਵਿੱਚ ਸੀ, ਉਹਨਾਂ ਨੇ ਪਾਕਿਸਤਾਨ ਵਿੱਚ ਜਾਣਾ ਸੀ, ਅਤੇ ਜਿਹੜੇ ਸਿੱਖ ਅਤੇ ਹਿੰਦੂ ਪਾਕਿਸਤਾਨ ਵਿੱਚ ਸੀ, ਉਹਨਾਂ ਨੇ ਆਪਣਾ ਸਾਰਾ ਕੁਝ ਛੱਡ ਕੇ ਭਾਰਤ ਆਉਣਾ ਸੀ। ਪਰ ਜਿੰਨਾ ਇਹ ਬੋਲਣ ਅਤੇ ਸੁਣਨ ਵਿੱਚ ਸੌਖਾ ਕੰਮ ਲੱਗਦਾ ਹੈ, ਉਨਾ ਇਹ ਸੌਖਾ ਨਹੀਂ ਸੀ। ਇਸ ਅਦਲਾ ਬਦਲੀ ਵਿੱਚ ਜਿੰਨਾ ਜ਼ਮੀਨਾਂ ਜਾਇਦਾਦਾਂ ਦਾ ਨੁਕਸਾਨ ਹੋਇਆ ਸੀ, ਉਸ ਤੋਂ ਕਿਤੇ ਵੱਧ ਇਸ ਧਰਤੀ ਦੇ ਵਸ਼ਿੰਦਿਆਂ ਦਾ ਨੁਕਸਾਨ ਹੋਇਆ ਸੀ। ਜਦੋਂ ਇਹ ਖਬਰ ਫੈਲਦੀ ਹੈ ਕਿ ਅੱਧੇ ਨਾਲੋਂ ਜ਼ਿਆਦਾ ਪੰਜਾਬ ਹੁਣ ਪਾਕਿਸਤਾਨ ਵਿੱਚ ਜਾਣਾ ਹੈ, ਤਾਂ ਲੋਕਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਈ ਸਾਲਾਂ ਦੀ ਮਿਹਨਤ ਨਾਲ ਬਣਾਏ ਆਪਣੇ ਆਸ਼ਿਆਨਿਆਂ ਨੂੰ ਹੁਣ ਛੱਡ ਕੇ ਜਾਣਾ ਪੈਣਾ ਸੀ। ਦੋਸਤੋ, ਇੱਥੇ ਦੱਸ ਦੇਈਏ ਕਿ ਇਸ ਭਾਰਤ ਪਾਕਿਸਤਾਨ ਦੀ ਵੰਡ ਵਿੱਚ ਹਰ ਧਰਮ ਦੇ ਬੰਦੇ ਨੂੰ ਨੁਕਸਾਨ ਹੋਇਆ ਸੀ, ਚਾਹੇ ਉਹ ਹਿੰਦੂ, ਸਿੱਖ ਜਾਂ ਮੁਸਲਿਮ ਸੀ। 1941 ਦੀ ਮਰਦਮਸ਼ੁਮਾਰੀ ਮੁਤਾਬਕ ਉਸ ਵੇਲੇ ਅਣਵੰਡੇ ਪੰਜਾਬ ਵਿੱਚ ਮੁਸਲਿਮ ਆਬਾਦੀ 16.2 ਮਿਲੀਅਨ, ਹਿੰਦੂ 7.5 ਮਿਲੀਅਨ ਅਤੇ ਸਿੱਖ 3.7 ਮਿਲੀਅਨ ਸੀ, ਅਤੇ ਕੁਛ ਈਸਾਈ ਧਰਮ ਦੇ ਲੋਕ ਸੀ। ਇਸ ਵੰਡ ਪਿੱਛੇ 1 ਕਰੋੜ ਤੋਂ ਵੀ ਵੱਧ ਲੋਕਾਂ ਨੇ ਆਪਣੇ ਘਰ ਬਾਰ ਗਵਾਏ, ਆਪਣੀਆਂ ਜ਼ਮੀਨਾਂ ਗਵਾਈਆਂ, ਅਤੇ ਕਈ ਹੋਰ ਕੀਮਤੀ ਚੀਜ਼ਾਂ ਨੂੰ ਅਲਵਿਦਾ ਕਰਨਾ ਪਿਆ। ਕਿਉਂਕਿ ਜਦੋਂ ਵੰਡ ਹੀ ਧਰਮਾਂ ਦੇ ਆਧਾਰ 'ਤੇ ਹੋਈ ਸੀ, ਫਿਰ ਇੱਕ ਦੂਜੇ ਦੇ ਧਰਮ ਖਿਲਾਫ਼ ਨਫ਼ਰਤ ਵੀ ਪੈਦਾ ਹੋ ਗਈ। ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਦੇ ਕਤਲ ਹੋਣੇ ਸ਼ੁਰੂ ਹੋ ਗਏ, ਹਾਲਾਂਕਿ ਇਹ ਦੰਗੇ ਸੀ ਜਿਸ ਦੀ ਆਬਾਦੀ ਜ਼ਿਆਦਾ, ਉਸਦਾ ਓਨਾ ਹੀ ਨੁਕਸਾਨ ਘੱਟ। ਅਤੇ ਇੱਧਰ ਇਹਨਾਂ ਦੰਗਿਆਂ ਦੀ ਖਬਰ ਸੁਣ ਕੇ ਭਾਰਤ ਵਿੱਚ ਮੁਸਲਮਾਨਾਂ ਦੇ ਕਤਲ ਹੋਣੇ ਸ਼ੁਰੂ ਹੋ ਗਏ। ਜੇ ਕੋਈ ਪੱਗ ਵਾਲਾ ਜਾਂ ਟਿੱਕੇ ਵਾਲਾ ਦਿਖਦਾ ਤਾਂ ਮੁਸਲਮਾਨ ਉਸਨੂੰ ਮਾਰ ਦਿੰਦੇ, ਅਤੇ ਜੇਕਰ ਕੋਈ ਟੋਪੀ ਵਾਲਾ ਮਿਲਦਾ ਤਾਂ ਹਿੰਦੂ ਜਾਂ ਸਿੱਖ ਉਸਨੂੰ ਮਾਰ ਦਿੰਦੇ। ਇਸ ਨਫ਼ਰਤ ਦੀ ਅੱਗ ਵਿੱਚ 10 ਤੋਂ 20 ਲੱਖ ਲੋਕਾਂ ਦੀ ਮੌਤ ਹੋਈ, ਅਤੇ ਹਜ਼ਾਰਾਂ ਹੀ ਔਰਤਾਂ ਦੀ ਬੇਪਤੀ ਕੀਤੀ ਗਈ। ਇਸ ਨਫ਼ਰਤ ਦੀ ਅੱਗ ਵਿੱਚ ਕਿਸੇ ਵੀ ਧਰਮ ਦੀ ਔਰਤ ਨਹੀਂ ਬਚ ਪਾਈ ਸੀ। ਅਤੇ 14 ਅਗਸਤ ਨੂੰ ਸ਼ੁਰੂ ਹੋਇਆ ਇਹ ਦੰਗਾ ਦੁਨੀਆ ਦਾ ਸਭ ਤੋਂ ਵੱਡਾ ਦੰਗਾ ਮੰਨਿਆ ਜਾਂਦਾ ਹੈ, ਜਿਸ ਵਿੱਚ ਲੱਖਾਂ ਲੋਕਾਂ ਦੀ ਮੌਤ ਹੋਈ ਸੀ, ਅਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਵਿਸਥਾਪਨ ਸੀ, ਜਿਸ ਵਿੱਚ ਲੱਖਾਂ ਤੋਂ ਕਰੋੜਾਂ ਲੋਕਾਂ ਨੂੰ ਆਪਣਾ ਸਾਰਾ ਕੁਝ ਛੱਡ ਕੇ ਜਾਣਾ ਪੈਣਾ ਸੀ। ਇਸ ਵੰਡ ਵਿੱਚ ਹਰ ਧਰਮ ਦੇ ਬੰਦੇ ਨੂੰ ਨੁਕਸਾਨ ਹੋਇਆ। ਉਪਜਾਊ ਜ਼ਮੀਨਾਂ, ਆਪਦੇ ਧਰਮ ਸਥਾਨ, ਮੰਦਰ, ਗੁਰਦੁਆਰੇ, ਪੈਗੰਬਰਾਂ ਦੀਆਂ ਅਮੁੱਲੀਆਂ ਥਾਵਾਂ ਨੂੰ ਵੀ ਅਲਵਿਦਾ ਕਰਨਾ ਪਿਆ। ਜੇਕਰ ਸਿਰਫ ਸਿੱਖਾਂ ਦੀ ਹੀ ਗੱਲ ਕਰੀਏ ਤਾਂ ਸਿੱਖਾਂ ਨੇ ਇਸ ਵੰਡ ਵਿੱਚ ਆਪਣੇ 3000 ਤੋਂ ਵੱਧ ਗੁਰੂ ਘਰ ਗਵਾਏ ਹਨ, ਅਤੇ ਜਿਨ੍ਹਾਂ ਵਿੱਚੋਂ ਬਹੁਤ ਇਤਿਹਾਸਿਕ ਗੁਰੂ ਘਰ ਹਨ, ਜੋ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਅਤੇ ਕਈ ਸ਼ਹੀਦਾਂ ਅਤੇ ਸਿੱਖਾਂ ਦੇ ਸੀ। ਇਸ ਵੰਡ ਬਾਰੇ ਸੁਣ ਕੇ ਅੱਜ ਵੀ ਲੋਕ ਰੋ ਉੱਠਦੇ ਹਨ, ਜਿਨ੍ਹਾਂ ਨੇ ਇਸ ਵੰਡ ਵਿੱਚ ਆਪਣਾ ਸਭ ਕੁਝ ਗਵਾਇਆ ਸੀ, ਅਤੇ ਅੱਜ ਦੇ ਦਿਨ ਤੱਕ ਆਪਣੇ ਵਿਛੜੇ ਭੈਣ ਭਰਾਵਾਂ ਨੂੰ ਮਿਲ ਰਹੇ ਹਨ, ਜੋ ਭਾਰਤ ਪਾਕਿਸਤਾਨ ਵਿੱਚ ਰਹਿ ਗਈ ਸੀ। ਜਿਸ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਵਰਗੇ ਯੋਧਿਆਂ ਨੇ ਅਫਗਾਨਿਸਤਾਨ ਤੱਕ ਪਹੁੰਚਾਉਣ ਲਈ ਖੂਬ ਮਿਹਨਤ ਕੀਤੀ ਸੀ, ਉਸ ਪੰਜਾਬ ਦੇ ਟੁਕੜੇ ਹੁੰਦਿਆਂ ਪਲ ਭਰ ਦਾ ਵੀ ਸਮਾਂ ਨਹੀਂ ਲੱਗਿਆ। ਜਿਹੜੇ ਦਰਿਆਵਾਂ ਦੇ ਨਾਮ 'ਤੇ ਪੰਜਾਬ ਦਾ ਨਾਮ ਪਿਆ ਸੀ, ਉਹ ਦਰਿਆ ਵੀ ਵੰਡੇ ਗਏ ਸੀ। ਸਗੋਂ ਇੰਨਾ ਹੀ ਨਹੀਂ, ਅੱਧੇ ਨਾਲੋਂ ਜ਼ਿਆਦਾ ਪੰਜਾਬ ਪਾਕਿਸਤਾਨ ਨੂੰ ਦੇਣ ਤੋਂ ਬਾਅਦ ਬਚੇ ਹੋਏ ਪੰਜਾਬ ਦੇ ਵੀ 1966 ਵਿੱਚ ਹਿੱਸੇ ਕਰ ਦਿੱਤੇ ਗਏ, ਜਿਸ ਦੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਬਣੇ। ਹੁਣ ਇਸ ਦੀ ਰਾਜਧਾਨੀ ਵੀ ਪੰਜਾਬ ਕੋਲ ਨਹੀਂ ਹੈ, ਚੰਡੀਗੜ੍ਹ ਨੂੰ ਵੀ 2 ਸਟੇਟਾਂ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ ਹੈ। ਪੱਤਰਕਾਰ ਕੁਲਦੀਪ ਨਾਇਰ ਨਾਲ ਗੱਲਬਾਤ ਕਰਦੇ ਰੈਡਕਲਿਫ ਨੇ ਦੱਸਿਆ ਕਿ ਇੰਨੇ ਵੱਡੇ ਫੈਸਲੇ ਲਈ ਮੈਨੂੰ ਸਿਰਫ 5 ਹਫ਼ਤਿਆਂ ਦਾ ਹੀ ਸਮਾਂ ਦਿੱਤਾ ਗਿਆ ਸੀ, ਅਤੇ ਮੈਨੂੰ ਵੀ ਪਤਾ ਹੈ ਕਿ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਜੇਕਰ ਮੈਨੂੰ 2 ਜਾਂ 3 ਸਾਲ ਮਿਲਦੇ ਤਾਂ ਇਸ ਵੰਡ ਦੇ ਕੰਮ ਨੂੰ ਮੈਂ ਪੂਰੀ ਸੂਝਬੂਝ ਅਤੇ ਜਾਣਕਾਰੀ ਨਾਲ ਕਰਨਾ ਸੀ। ਅਤੇ ਜਦੋਂ ਰੈਡਕਲਿਫ ਨੂੰ ਪਤਾ ਲੱਗਦਾ ਹੈ ਕਿ ਭਾਰਤ ਪਾਕਿਸਤਾਨ ਦੀ ਵੰਡ 'ਤੇ ਕਿੰਨਾ ਖੂਨ ਖਰਾਬਾ ਹੋਇਆ ਹੈ, ਤਾਂ ਉਸ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ, ਅਤੇ ਆਪਦੇ ਕੰਮ ਦੇ ਪੈਸੇ ਲੈਣ ਤੋਂ ਵੀ ਮਨ੍ਹਾ ਕਰ ਦਿੱਤਾ। ਇਸ ਵੰਡ ਦੀ ਲਕੀਰ ਖਿੱਚਣ ਤੋਂ ਬਾਅਦ ਰੈਡਕਲਿਫ ਕਦੇ ਫਿਰ ਭਾਰਤ ਹੀ ਨਹੀਂ ਆਇਆ।
ਅਤੇ ਅੱਜ ਦੋਵਾਂ ਦੇਸ਼ਾਂ ਵਿੱਚ ਹਿੰਦੂ ਮੁਸਲਮ ਅਤੇ ਸਿੱਖ ਰਹਿੰਦੇ ਹਨ। ਪਰ ਜੇਕਰ ਇਹ ਸੋਚਿਆ ਜਾਵੇ ਕਿ ਅਲੱਗ ਅਲੱਗ ਦੇਸ਼ਾਂ ਵਿੱਚ ਇਹ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਇਹ ਇੱਕ ਝੂਠ ਹੀ ਹੋਵੇਗਾ। ਦੇਸ਼ਾਂ ਦੀ ਵੰਡ ਤਾਂ ਹੋਈ, ਪਰ ਜਿਹੜੇ ਸਿੱਖ ਹਿੰਦੂ ਪਾਕਿਸਤਾਨ ਵਿੱਚ ਹਨ ਅੱਜ ਵੀ ਉਹਨਾਂ ਦੇ ਮੰਦਰਾਂ ਗੁਰਦੁਆਰਿਆਂ 'ਤੇ ਅਟੈਕ ਹੁੰਦੇ ਹਨ ਅਤੇ ਜਬਰਨ ਧਰਮ ਬਦਲਿਆ ਜਾਂਦਾ ਹੈ ਅਤੇ ਜਬਰਨ ਹੀ ਕੁੜੀਆਂ ਨੂੰ ਚੁੱਕ ਕੇ ਵਿਆਹ ਲਿਆ ਜਾਂਦਾ ਹੈ। ਅਤੇ ਅੱਜ ਦੇ ਦਿਨ ਤੱਕ ਕਰਤਾਰਪੁਰ ਕੋਰੀਡੋਰ 'ਤੇ ਵਿਛੜੇ ਭੈਣ ਭਰਾ ਰਿਸ਼ਤੇਦਾਰ ਮਿਲਦੇ ਹਨ ਜੋ ਇਹਨਾਂ ਦੇਸ਼ਾਂ ਦੀ ਵੰਡ ਵੇਲੇ ਵਿਛੜ ਗਏ ਸੀ। ਵੀਡੀਓ ਕਿਵੇਂ ਲੱਗੀ ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਇੱਦਾਂ ਦੀਆਂ ਹੀ ਜਾਣਕਾਰੀ ਭਰਪੂਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।